ਸਤਿ ਸ਼੍ਰੀ ਅਕਾਲ ਬੱਚਿਓ, ਅੱਜ ਅਸੀਂ ਬੀਐਡ ਦੂਜੇ ਸਮੈਸਟਰ ਦਾ ਪੰਜਾਬੀ ਅਧਿਆਪਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਉਪਵਿਸ਼ਾ ਸ਼ੁਰੂ ਕਰਨ ਲੱਗੇ ਹਾਂ। ਅਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਖੇਪ ਜੀ ਜਾਣਕਾਰੀ ਇਸ ਬਾਰੇ ਦੇ ਦਿਆਂ। ਜਿਹੜਾ ਇਕਾਈ ਨੰਬਰ 2 ਹੈ, ਇਹ ਸਾਰਾ ਜਿਹੜਾ ਸਾਰੀ ਇਕਾਈ ਹੈਗੀ ਹੈ, ਇਹ ਪਾਠ ਯੋਜਨਾ ਨਾਲ ਸੰਬੰਧਿਤ ਹੈ। ਮਤਲਬ ਪਾਠ ਯੋਜਨਾ ਕੀ ਹੁੰਦੀ ਹੈ, ਇਹਦਾ ਅਰਥ ਕੀ ਹੈ, ਇਹਦੇ 'ਚ ਪਰਿਭਾਸ਼ਾਵਾਂ ਕਿਹੜੀਆਂ ਕਿਹੜੀਆਂ ਨੇ, ਅਤੇ ਇਹਦਾ ਮਹੱਤਵ ਕੀ ਹੈ, ਅਤੇ ਕਿਸ ਤਰ੍ਹਾਂ ਦੇ ਇਹਦੇ ਗੁਣ ਹੁੰਦੇ ਹੈ। ਅਤੇ ਉਸ ਤੋਂ ਬਾਅਦ ਅਸੀਂ ਕਵਿਤਾ, ਵਾਰਤਕ, ਕਹਾਣੀ, ਨਿਬੰਧ, ਵਿਆਕਰਣ ਆਦਿ ਕਿਸ ਤਰ੍ਹਾਂ ਪੜ੍ਹਾਉਣੀਆਂ ਨੇ ਉਹਦੇ ਬਾਰੇ ਜਿਹੜੀ ਹੈਗੀ ਹੈ ਅਸੀਂ ਚਰਚਾ ਕਰਾਂਗੇ। ਪਰ ਇਸ ਭਾਗ ਦੇ ਵਿੱਚ ਅਸੀਂ ਸੰਖੇਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪਾਠ ਯੋਜਨਾ ਕੀ ਹੁੰਦੀ ਹੈ। ਅਤੇ ਵੈਸੇ ਤਾਂ ਜੇ ਅਸੀਂ ਗੱਲ ਕਰੀਏ ਕਿ ਜਦੋਂ ਪੇਪਰ ਆਉਣਾ ਹੈ ਤਾਂ ਵੱਡੇ ਸਵਾਲਾਂ ਦੇ ਵਿੱਚ ਪਾਠ ਯੋਜਨਾ ਦੇ ਉੱਤੇ ਕੋਈ ਨਾ ਕੋਈ ਸਵਾਲ ਸਿੱਧੇ ਤੌਰ 'ਤੇ ਆ ਜਾਂਦਾ, ਅਤੇ ਕਈ ਵਾਰੀ ਛੋਟੇ ਪ੍ਰਸ਼ਨਾਂ ਦੇ ਵਿੱਚ ਵੀ ਇਹ ਸਵਾਲ ਪੁੱਛ ਲਿੱਤਾ ਜਾਂਦਾ ਕਿ ਪਾਠ ਯੋਜਨਾ ਤੋਂ ਤੁਹਾਡਾ ਕੀ ਭਾਵ ਹੈ ਜਾਂ ਮਹੱਤਵ ਕੀ ਹੈ ਜਾਂ ਕੋਈ ਪਰਿਭਾਸ਼ਾ ਸਾਨੂੰ ਲਿਖ ਕੇ ਦਿਓ। ਸੋ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਅਸੀਂ ਪਾਠ ਯੋਜਨਾ ਬਾਰੇ ਹੀ ਸੰਖੇਪ 'ਚ ਚਰਚਾ ਕਰਾਂਗੇ। ਕੀ ਗੱਲ ਕਰਾਂਗੇ, ਇਹਨੂੰ ਅਸੀਂ 4 ਭਾਗਾਂ ਦੇ ਵਿੱਚ ਅੱਗੇ ਵੰਡ ਰਹੇ ਹਾਂ। ਪਾਠ ਯੋਜਨਾ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹਦੀ ਜਾਣ ਪਛਾਣ ਬਾਰੇ ਗੱਲ ਕਰਾਂਗੇ, ਫਿਰ ਅਸੀਂ ਕੁਝ ਅਸੀਂ ਇਹਦਾ ਅਰਥ ਕੀ ਬਣਦਾ ਅਸੀਂ ਉਸ ਅਰਥ ਦੀ ਗੱਲ ਕਰਾਂਗੇ, ਫਿਰ ਪਰਿਭਾਸ਼ਾਵਾਂ ਬਾਰੇ ਚਰਚਾ ਕਰਾਂਗੇ, ਅਤੇ ਅਖੀਰ ਦੇ ਵਿੱਚ ਸਿੱਟਾ ਜਾਂ ਸਾਰ, ਠੀਕ ਹੈ, ਅਸੀਂ ਦੱਸਾਂਗੇ ਕਿ ਅਖੀਰ ਦੇ ਵਿੱਚ ਅਸੀਂ ਜਿਹੜੀਆਂ ਪਰਿਭਾਸ਼ਾਵਾਂ ਅਸੀਂ ਹੁਣ ਤੱਕ ਪੜ੍ਹੀਆਂ ਨੇ ਜਾਂ ਜਿਹੜਾ ਅਰਥ ਅਸੀਂ ਦੱਸਿਆ ਤਾਂ ਅਖੀਰ ਦੇ ਵਿੱਚ ਸੰਖੇਪ ਦੇ ਵਿੱਚ ਅਸੀਂ ਸੰਖੇਪ ਸ਼ਬਦਾਂ ਦੇ ਵਿੱਚ ਪਾਠ ਯੋਜਨਾ ਨੂੰ ਕਿਵੇਂ ਦੱਸ ਸਕਦੇ ਹਾਂ ਕਿ ਪਾਠ ਯੋਜਨਾ ਕੀ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਜਿਹੜੀ ਸਧਾਰਨ ਜਾਣਕਾਰੀ ਜਾਂ ਜਾਣ ਪਛਾਣ ਜਾਂ ਇੰਗਲਿਸ਼ ਦੇ ਵਿੱਚ ਅਸੀਂ ਇੰਟਰੋਡਕਸ਼ਨ ਬੋਲ ਦਿੰਦੇ ਹਾਂ ਕਿ ਜਦੋਂ ਵੀ ਕੋਈ ਸਵਾਲ ਸ਼ੁਰੂ ਕਰਨਾ ਤਾਂ ਅਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇਣੀ ਹੈ, ਭਾਵ ਜਾਣ ਪਛਾਣ ਜਾਂ ਭੂਮਿਕਾ ਲਿਖਣੀ ਹੈ ਕਿ ਅਸੀਂ ਉਹਦੇ ਬਾਰੇ ਕੀ ਸਮਝਦੇ ਹਾਂ। ਜਿਹੜਾ ਸ਼ਬਦ ਹੈ ਯੋਜਨਾ, ਪੂਰਾ ਸ਼ਬਦ ਤਾਂ ਹੈ ਪਾਠ ਯੋਜਨਾ, ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ, ਇੱਕ ਹੈ ਪਾਠ, ਇੱਕ ਹੈ ਯੋਜਨਾ। ਅਸੀਂ ਕੋਈ ਵੀ ਕੰਮ ਕਰਨਾ ਹੋਵੇ, ਅਸੀਂ ਕੋਈ ਘਰ ਦੇ ਵਿੱਚ ਕਿਸੇ ਦਾ ਜਨਮ ਦਿਨ ਮਨਾਉਣਾ ਹੈ ਜਾਂ ਅਸੀਂ ਸੋਚ ਲਿਆ ਕਿ ਅਸੀਂ ਕੋਈ ਡਿਗਰੀ ਪੂਰੀ ਕਰਨੀ ਹੈ, ਤਾਂ ਅਸੀਂ ਕੋਈ ਨਾ ਕੋਈ ਜਿਹੜੀ ਯੋਜਨਾ ਅਸੀਂ ਜ਼ਰੂਰ ਕਰਦੇ ਹਾਂ। ਯੋਜਨਾ ਅਸੀਂ ਕਿਉਂ ਕਰਦੇ ਹਾਂ? ਕਿਉਂਕਿ ਜੇ ਅਸੀਂ ਯੋਜਨਾ ਕਰਾਂਗੇ ਤਾਂ ਹੀ ਸਾਡਾ ਜਿਹੜਾ ਉਦੇਸ਼ ਹੈ ਉਹ ਪੂਰੀ ਤਰ੍ਹਾਂ ਸਫਲਤਾ ਪੂਰਵਕ ਅਸੀਂ ਸਿਰੇ ਲਗਾ ਸਕਦੇ ਹਾਂ। ਜੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਪਲੈਨਿੰਗ ਨਹੀਂ ਹੋਊਗੀ, ਕੋਈ ਯੋਜਨਾ ਨਹੀਂ ਹੋਊਗੀ, ਤਾਂ ਅਸੀਂ ਖੱਬੇ ਸੱਜੇ ਭਟਕਦੇ ਰਹਾਂਗੇ ਅਤੇ ਅਸੀਂ ਸ਼ਾਇਦ ਆਪਣੇ ਉਦੇਸ਼ ਨੂੰ ਪੂਰਾ ਨਾ ਕਰ ਸਕੀਏ। ਸੋ ਜਿਸ ਤਰ੍ਹਾਂ ਹਰ ਇੱਕ ਕੰਮ ਵਾਸਤੇ ਯੋਜਨਾ ਦੀ ਜ਼ਰੂਰਤ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਜੇਕਰ ਕਿਸੇ ਅਧਿਆਪਕ ਨੇ ਜਮਾਤ ਦੇ ਵਿੱਚ ਕੋਈ ਚੀਜ਼ ਪੜ੍ਹਾਉਣੀ ਹੈ, ਉਸ ਚੀਜ਼ ਨੂੰ ਪੜ੍ਹਾਉਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਉਹ ਉਸਦੀ ਪਲੈਨਿੰਗ ਕਰ ਲਵੇ, ਭਾਵ ਯੋਜਨਾ ਕਰ ਲਵੇ। ਉਸੇ ਨੂੰ ਅਸੀਂ ਪਾਠ ਯੋਜਨਾ ਦਾ ਨਾਮ ਦਿੰਦੇ ਹਾਂ। ਅਤੇ ਹੁਣ ਪਾਠ ਯੋਜਨਾ ਦੇ ਜੇ ਅਰਥ ਦੀ ਗੱਲ ਕਰੀਏ ਕਿ ਇਹਦਾ ਅਰਥ ਕੀ ਹੈ, ਜਦੋਂ ਅਸੀਂ ਕਿਸੇ ਜਮਾਤ ਨੂੰ ਪੜ੍ਹਾਉਣਾ ਹੈ, ਭਾਵ ਮੰਨ ਲਓ ਗੁਰੂ ਨਾਨਕ ਦੇਵ ਜੀ ਦਾ ਲੇਖ ਪੜ੍ਹਾਉਣਾ ਹੈ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਪੜ੍ਹਾਉਣਾ ਹੈ ਜਾਂ ਦੀਵਾਲੀ ਦਾ ਲੇਖ ਪੜ੍ਹਾਉਣਾ ਹੈ, ਹਲੇ ਉਦਾਹਰਣਾਂ ਤਾਂ ਵਿਆਕਰਨ ਦੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ ਅਤੇ ਹੋਰ ਵੀ ਦਿੱਤੀਆਂ ਜਾ ਸਕਦੀਆਂ ਨੇ, ਪਰ ਸੌਖਿਆਂ ਕਰਨ ਵਾਸਤੇ ਮੈਂ ਇਹ ਜਿਹੜੇ 2-3 ਲੇਖ ਲਿੱਤੇ ਨੇ ਤਾਂ ਮੈਂ ਉਹਦੇ ਬਾਰੇ ਦੱਸ ਰਿਹਾ ਵੀ ਮੰਨ ਲਓ ਅਸੀਂ ਇਹ ਚੀਜ਼ ਪੜ੍ਹਾਉਣੀ ਹੈ ਕਲਾਸ ਦੇ ਵਿੱਚ, ਤਾਂ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਲੇਖ ਪੜ੍ਹਾਉਣ ਲਈ ਸਾਡੇ ਕੋਲ ਆਮ ਤਸਵੀਰ ਘਰਾਂ 'ਚ ਵੀ ਅਤੇ ਅਸੀਂ ਸਕੂਲ ਜਾਂ ਕਾਲਜਾਂ 'ਚ ਦੇਖੀਏ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੁੰਦੀ ਹੈ। ਅਤੇ ਜੇ ਅਸੀਂ ਦੀਵਾਲੀ ਦੀ ਗੱਲ ਕਰ ਲਈਏ, ਅਸੀਂ ਦੀਵਾਲੀ ਦਾ ਲੇਖ ਪੜ੍ਹਾਉਣਾ ਹੈ ਤਾਂ ਹਟੜੀ ਜਿਹੜੀ ਅਸੀਂ ਦੀਵਾਲੀ ਦੇ ਸਮੇਂ 'ਤੇ ਘਰਾਂ ਦੇ ਵਿੱਚ ਬਾਲਦੇ ਹਾਂ ਜਾਂ ਮੋਮਬੱਤੀਆਂ ਜਾਂ ਛੋਟੇ ਮੋਟੇ ਪਟਾਕੇ, ਕਿਸੇ ਤਰ੍ਹਾਂ ਦੀ ਕੋਈ ਅਗਰਬੱਤੀ, ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੋਲ ਪਹਿਲਾਂ ਤੋਂ ਹੁੰਦੀਆਂ ਨੇ, ਅਤੇ ਜਦੋਂ ਅਸੀਂ ਜਮਾਤ ਦੇ ਵਿੱਚ ਉਹ ਚੀਜ਼ ਪੜ੍ਹਾਉਣੀ ਹੈ ਜਿਹਦੇ ਨਾਲ ਸੰਬੰਧਿਤ ਅਸੀਂ ਜਿਹੜੀ ਸਮੱਗਰੀ ਹੈ ਜਦੋਂ ਅਸੀਂ ਪੜ੍ਹਾਉਣੀ ਹੈ, ਬੱਚਿਆਂ ਨੂੰ ਦਿਖਾਉਣੀ ਹੈ ਕੋਈ ਚੀਜ਼,
ਤਾਂ ਉਹ ਸਾਡੇ ਕੋਲ ਜੇ ਪਹਿਲਾਂ ਹੀ ਪਈ ਹੋਈ ਹੋਵੇ ਤਾਂ ਸਾਡਾ ਜਿਹੜਾ ਟੀਚਿੰਗ ਏਡ ਵਾਲਾ ਮੁੱਦਾ ਬਹੁਤ ਹੱਲ ਹੋ ਜਾਂਦਾ। ਸੋ ਅਸੀਂ ਜੇ ਸਾਡੇ ਕੋਲ ਪਹਿਲਾਂ ਹੀ ਉਹ ਚੀਜ਼ ਹੱਥ 'ਚ ਹੋਏਗੀ, ਅਸੀਂ ਜਦੋਂ ਸਕੂਲ ਜਾਵਾਂਗੇ ਬੱਚਿਆਂ ਨੂੰ ਪੜ੍ਹਾਵਾਂਗੇ, ਜਦੋਂ ਅਸੀਂ ਬੱਚਿਆਂ ਨੂੰ ਇਹ ਦੱਸਾਂਗੇ ਕਿ ਦੀਵਾਲੀ ਦੇ ਮੌਕੇ 'ਤੇ ਅਸੀਂ ਆਹ ਕਰਦੇ ਹਾਂ, ਆਹ ਕਰਦੇ ਹਾਂ, ਆਹ ਕਰਦੇ ਹਾਂ, ਅਤੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਪਹਿਲਾਂ ਹੀ ਸਾਡੇ ਕੋਲ ਹੋਣਗੀਆਂ, ਤਾਂ ਅਸੀਂ ਜਿਹੜਾ ਸਾਡਾ ਉਪਵਿਸ਼ਾ ਉਹ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹਾਂ। ਸੋ ਕੋਈ ਵੀ ਚੀਜ਼ ਨੂੰ ਜਦੋਂ ਅਸੀਂ ਕਲਾਸ ਦੇ ਵਿੱਚ ਪੜ੍ਹਾਉਣਾ ਹੈ, ਉਹਦੇ ਨਾਲ ਸੰਬੰਧਿਤ ਲੋੜੀਂਦੀ ਸਮੱਗਰੀ ਜਦੋਂ ਸਾਡੇ ਕੋਲ ਪਹਿਲਾਂ ਤੋਂ ਹੁੰਦੀ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਪਹਿਲਾਂ ਤੋਂ ਪਲਾਨ ਕੀਤਾ ਸੀ, ਭਾਵ ਪਹਿਲਾਂ ਤੋਂ ਅਸੀਂ ਯੋਜਨਾ ਕੀਤੀ ਸੀ, ਤਾਂ ਹੀ ਉਹ ਚੀਜ਼ ਸਾਡੇ ਕੋਲ ਸੀ। ਸੋ ਕਿਸੇ ਵੀ ਤਰ੍ਹਾਂ ਦਾ ਉਪਵਿਸ਼ਾ ਪੜ੍ਹਾਉਣ ਲਈ ਲੋੜੀਂਦੀ ਸਮੱਗਰੀ ਇਕੱਠੀ ਕਰਨਾ, ਜਾਂ ਅਸੀਂ ਇਹ ਦੇਖਣਾ ਕਿ ਅਸੀਂ ਜਦੋਂ ਕੋਈ ਕਲਾਸ ਦੇ ਵਿੱਚ ਕੋਈ ਚੈਪਟਰ ਪੜ੍ਹਾਉਣਾ ਹੈ, ਕੋਈ ਕਹਾਣੀ ਪੜ੍ਹਾਉਣੀ ਹੈ, ਅਤੇ ਉਹਦੇ ਨਾਲ ਸੰਬੰਧਿਤ ਜੇ ਅਸੀਂ ਮੰਨ ਲਓ ਕਿਰਿਆ ਕੋਈ ਕਰਕੇ ਦਿਖਾਉਣੀ ਹੈ, ਤਾਂ ਕਿਰਿਆ ਨਾਲ ਸੰਬੰਧਿਤ ਸਾਡੇ ਕੋਲ ਪਹਿਲਾਂ ਤੋਂ ਜਿਵੇਂ ਕਿਸਾਨ ਅਤੇ ਉਹਦੇ ਚਾਰ ਪੁੱਤਰਾਂ ਵਾਲੀ ਕਹਾਣੀ ਹੈ, ਉਹਦੇ ਵਿੱਚ ਅਸੀਂ ਆਮ ਤੌਰ 'ਤੇ ਇਹ ਬੜਾ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਅਸੀਂ ਸਿਖਾ ਸਕਦੇ ਹਾਂ ਅਤੇ ਏਕਤਾ ਕਿ ਏਕਤਾ ਵਿੱਚ ਬਰਕਤ ਹੁੰਦੀ ਹੈ, ਕਿ ਅਸੀਂ ਲੱਕੜ ਦੇ ਥੋੜ੍ਹੇ ਜਿਹੇ ਟੁਕੜੇ ਜਾਂ ਛਟੀਆਂ ਸਕੂਲ ਦੇ ਵਿੱਚ ਲੈ ਜਾਂਦੇ ਹੁੰਦੇ ਹਾਂ, ਅਤੇ ਉਹਨਾਂ ਨੂੰ ਜਦੋਂ ਅਸੀਂ ਇਕੱਠਾ ਕਰਕੇ ਦਿੰਦੇ ਹਾਂ ਤਾਂ ਬੱਚੇ ਤੋੜ ਨਹੀਂ ਪਾਉਂਦੇ, ਅਤੇ ਜਦੋਂ ਅਸੀਂ ਇਕੱਲੀ ਇਕੱਲੀ ਕਰਦੇ ਹਾਂ ਤਾਂ ਬੱਚੇ ਆਸਾਨੀ ਨਾਲ ਉਸਨੂੰ ਤੋੜ ਦਿੰਦੇ ਆ। ਤਾਂ ਇਹ ਚੀਜ਼ ਵੀ ਤਾਂ ਹੀ ਸਾਡੇ ਲਈ ਸੰਭਵ ਹੋਈ ਸੀ ਜੇਕਰ ਅਸੀਂ ਪਹਿਲਾਂ ਤੋਂ ਯੋਜਨਾ ਬਣਾਈ ਸੀ ਕਿ ਅਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਲਾਸ ਦੇ ਵਿੱਚ ਲਿਜਾ ਸਕਦੇ ਹਾਂ। ਸੋ ਕੋਈ ਵੀ ਸਾਡੀ ਯੋਜਨਾ ਜਿਹੜੀ ਉਸ ਉਪ ਵਿਸ਼ੇ ਨੂੰ ਪੜ੍ਹਾਉਣ ਤੋਂ ਪਹਿਲਾਂ ਅਸੀਂ ਲਿਖਤੀ ਤੌਰ 'ਤੇ ਜਾਂ ਦਿਮਾਗ ਦੇ ਵਿੱਚ ਅਸੀਂ ਜਦੋਂ ਪੂਰੀ ਕਰਦੇ ਹਾਂ ਉਸ ਨੂੰ ਅਸੀਂ ਪਾਠ ਯੋਜਨਾ ਕਹਿੰਦੇ ਹਾਂ। ਹੁਣ ਅਸੀਂ ਕੁਝ ਪਰਿਭਾਸ਼ਾਵਾਂ ਵਾਲੇ ਬਾਰੇ ਗੱਲ ਕਰਾਂਗੇ। ਇਹ ਪਰਿਭਾਸ਼ਾਵਾਂ ਬਹੁਤ ਸਾਰੇ ਵਿਦਵਾਨਾਂ ਨੇ ਦਿੱਤੀਆਂ ਹੁੰਦੀਆਂ, ਕਿਤਾਬ ਦੇ ਵਿੱਚ ਤਾਂ ਕਈ ਪਰਿਭਾਸ਼ਾਵਾਂ ਨੇ, ਅਸੀਂ ਕੋਸ਼ਿਸ਼ ਕਰਾਂਗੇ 2 ਜਾਂ 3 ਪਰਿਭਾਸ਼ਾਵਾਂ ਪੜ੍ਹਨ ਦੀ ਅਤੇ ਉਹਦਾ ਅਰਥ ਸਮਝਣ ਦੀ। ਉਹਨਾਂ ਪਰਿਭਾਸ਼ਾਵਾਂ ਨੂੰ ਪੜ੍ਹ ਕੇ ਸਾਨੂੰ ਸੌਖਿਆਂ ਤਰੀਕੇ ਨਾਲ ਉਹ ਚੀਜ਼ ਸਮਝ ਆ ਜਾਂਦੀ ਹੈ ਕਿ ਉਹ ਚੀਜ਼ ਹੈ ਕੀ। ਆਈ ਕੇ ਡੇਵੀਜ਼ ਨਾਂ ਦਾ ਵਿਦਵਾਨ ਹੈ, ਉਹ ਕਹਿੰਦਾ ਹੈ ਕਿ ਪਾਠ ਯੋਜਨਾ ਅਧਿਆਪਨ ਤੋਂ ਪੂਰਵ ਅਵਸਥਾ ਵਿੱਚ ਕੀਤੇ ਗਏ ਨਿਯੋਜਨ ਦਾ ਸੁਭਾਵਿਕ ਪ੍ਰਤੀਫਲ ਹੈ। ਭਾਵ ਇਹ ਹੈ ਕਿ ਜੇਕਰ ਅਸੀਂ ਅਧਿਆਪਨ ਦੀ ਗੱਲ ਕਰੀਏ ਕਿ ਕਿਸੇ ਚੀਜ਼ ਨੂੰ ਪੜ੍ਹਾਉਣਾ ਹੈ, ਉਸ ਅਧਿਆਪਨ ਤੋਂ ਪਹਿਲਾਂ ਜੇਕਰ ਉਹਨੇ ਨਿਯੋਜਨ ਕੀਤਾ, ਕੋਈ ਪਲੈਨਿੰਗ ਕੀਤੀ ਹੈ, ਅਤੇ ਉਹ ਜਿਹੜੀ ਜਿਹੜੀ ਪਲੈਨਿੰਗ ਹੈ, ਜਿਹੜੀ ਯੋਜਨਾ ਹੈ, ਅਸੀਂ ਉਸੇ ਨੂੰ ਪਾਠ ਯੋਜਨਾ ਕਹਿ ਸਕਦੇ ਹਾਂ। ਉਸ ਤੋਂ ਬਾਅਦ ਆਈ ਕੇ ਡੇਵੀਜ਼ ਇੱਕ ਲਾਈਨ ਹੋਰ ਲਿਖਦਾ ਕਿ ਸ਼੍ਰੇਣੀ ਵਿੱਚ ਜਾਣ ਤੋਂ ਪਹਿਲਾਂ ਅਧਿਆਪਕ ਨੂੰ ਪੂਰੀ ਤਰ੍ਹਾਂ ਤਿਆਰੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਅਧਿਆਪਕ ਦੀ ਪ੍ਰਗਤੀ ਲਈ ਕੋਈ ਗੱਲ ਇੰਨੀ ਰੁਕਾਵਟ ਨਹੀਂ ਬਣਦੀ ਜਿੰਨੀ ਉਸਦੀ ਅਪੂਰਨ ਤਿਆਰੀ। ਭਾਵ ਇਹ ਹੈ ਕਿ ਜੇਕਰ ਅਸੀਂ ਕੋਈ ਚੀਜ਼ ਦਾ ਅਧਿਆਪਨ ਕਰਨਾ ਹੈ ਅਤੇ ਅਧਿਆਪਨ ਦੀ ਤਿਆਰੀ ਅਸੀਂ ਚੰਗੀ ਤਰ੍ਹਾਂ ਨਹੀਂ ਕੀਤੀ, ਭਾਵ ਅਸੀਂ ਯੋਜਨਾ ਚੰਗੀ ਤਰ੍ਹਾਂ ਨਹੀਂ ਕੀਤੀ, ਤਾਂ ਅਸੀਂ ਬਿਲਕੁਲ ਵੀ ਸਫਲ ਨਹੀਂ ਹੋ ਪਾਵਾਂਗੇ। ਉਸ ਤੋਂ ਬਾਅਦ NL ਬੋਸਿੰਗ ਇਹ ਇੱਕ ਵਿਦਵਾਨ ਹੈ, ਉਸਨੇ ਪਰਿਭਾਸ਼ਾ ਕਿਹੜੀ ਦਿੱਤੀ ਹੈ, ਉਹਨੇ ਲਿਖਿਆ ਕਿ ਪਾਠ ਯੋਜਨਾ ਉਸ ਵਿਵਰਣ ਦਾ ਨਾਮ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਪਾਠ ਤੋਂ ਕੀ ਉਪਲਬਧੀਆਂ ਪ੍ਰਾਪਤ ਕਰਨੀਆਂ ਹਨ ਅਤੇ ਉਹਨਾਂ ਨੂੰ ਕਿਹਨਾਂ ਸਾਧਨਾਂ ਦੁਆਰਾ ਸ਼੍ਰੇਣੀ ਦੀਆਂ ਕਿਰਿਆਵਾਂ ਦੇ ਫਲਸਰੂਪ ਪ੍ਰਾਪਤ ਕਰਨਾ ਹੈ। ਭਾਵ ਇਹ ਇਹਨਾਂ ਨੇ ਕੀ ਗੱਲ ਕੀਤੀ ਹੈ ਕਿ ਜਦੋਂ ਵੀ ਅਸੀਂ ਕੋਈ ਚੀਜ਼ ਬੱਚਿਆਂ ਨੂੰ ਪੜ੍ਹਾਉਣੀ ਹੈ ਤਾਂ ਅਧਿਆਪਕ ਇਹ ਸੋਚ ਕੇ ਚੱਲੇ ਕਿ ਇਹ ਪੜ੍ਹਾਉਣ ਨਾਲ ਕਿਸ ਤਰ੍ਹਾਂ ਦੇ ਜਿਹੜੇ ਟੀਚੇ ਹੈ, ਉਦੇਸ਼ ਹੈ, ਉਹ ਪੂਰੇ ਕੀਤੇ ਜਾ ਸਕਦੇ ਹੈ, ਅਤੇ ਨਾਲ ਦੀ ਨਾਲ ਜਦੋਂ ਅਧਿਆਪਨ ਕਰਨਾ ਹੈ ਤਾਂ ਮੈਂ ਕਿਹਨਾਂ ਕਿਹਨਾਂ ਕਿਰਿਆਵਾਂ ਤੋਂ ਮਦਦ ਲੈਣੀ ਹੈ, ਕਿਹੜੀਆਂ ਕਿਹੜੀਆਂ ਕਿਰਿਆਵਾਂ ਜਮਾਤ ਦੇ ਵਿੱਚ ਕਰਾਉਣੀਆਂ ਨੇ, ਤਾਂ ਅਸੀਂ ਉਹ ਵੀ ਪਹਿਲਾਂ ਤੋਂ ਸੋਚ ਕੇ ਜਾਵਾਂਗੇ। ਸੋ ਇਸ ਤਰ੍ਹਾਂ ਦੀਆਂ ਹੋਰ ਕਈ ਪਰਿਭਾਸ਼ਾਵਾਂ ਕਿਤਾਬ ਦੇ ਵਿੱਚ ਦਿੱਤੀਆਂ ਹੋਈਆਂ ਨੇ, ਬੱਚੇ ਪੜ੍ਹ ਸਕਦੇ ਨੇ, ਪਰ ਮੈਂ ਇਹ 2 ਪਰਿਭਾਸ਼ਾਵਾਂ ਉਹ ਲਿੱਤੀਆਂ ਨੇ ਜਿਹੜੀਆਂ ਮੈਨੂੰ ਲੱਗਿਆ ਕਿ ਪਾਠ ਯੋਜਨਾ ਦੇ ਅਰਥ ਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਕਰਦੀਆਂ ਨੇ ਅਤੇ ਸਾਨੂੰ ਚੰਗੀ ਤਰ੍ਹਾਂ ਦੱਸਦੀਆਂ ਨੇ। ਸੋ ਅਖੀਰ ਦੇ ਵਿੱਚ ਅਸੀਂ ਇਹਦੇ ਬਾਰੇ ਸਿੱਟਾ ਇਹ ਕੱਢ ਸਕਦੇ ਹਾਂ ਕਿ ਜਿਹੜੀ ਪਾਠ ਯੋਜਨਾ ਹੁੰਦੀ ਹੈ, ਇਹ ਪਾਠ ਯੋਜਨਾ ਅਧਿਆਪਕ ਦਾ ਜਿਹੜਾ ਕਲਾਸ ਦੇ ਵਿੱਚ ਜਾਣਾ ਹੈ, ਕਲਾਸ ਦੇ ਵਿੱਚ ਜਾ ਕੇ ਕੋਈ ਚੀਜ਼ ਪੜ੍ਹਾਉਣੀ ਹੈ, ਪੜ੍ਹਾਉਣ ਤੋਂ ਪਹਿਲਾਂ ਕੀਤੀ ਹੋਈ ਯੋਜਨਾ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਉਹ ਪਹਿਲਾਂ ਤੋਂ ਸੋਚ ਕੇ ਜਾਂਦਾ ਵੀ ਜਦੋਂ ਮੈਂ ਕਲਾਸ ਦੇ ਵਿੱਚ ਜਾਣਾ ਹੈ ਕਿਸ ਤਰ੍ਹਾਂ ਦੇ ਸਵਾਲ ਮੈਂ ਬੱਚਿਆਂ ਤੋਂ ਪੁੱਛਣੇ ਨੇ, ਕਿਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ ਤਾਂ ਕਿ ਬੱਚੇ ਜਿਹੜੇ ਨੇ ਉਹ ਸਿੱਖਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਣ। ਜੇ ਕਲਾਸ ਦੇ ਵਿੱਚ ਸਿਖਾਉਣ ਲੱਗੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਿਰਿਆ ਕਰਵਾਉਣੀ ਪਵੇ ਬੱਚਿਆਂ ਤੋਂ, ਤਾਂ ਮੈਂ ਕਿਸ ਤਰ੍ਹਾਂ ਦੀਆਂ ਕਿਰਿਆਵਾਂ ਜਿਹੜੀਆਂ ਨੇ ਬੱਚਿਆਂ ਤੋਂ ਕਰਵਾਉਣੀਆਂ ਨੇ,
ਜੇ ਉਸ ਦੌਰਾਨ ਮੈਂ ਬੱਚਿਆਂ ਤੋਂ ਪ੍ਰਸ਼ਨ ਪੁੱਛਣੇ ਨੇ ਤਾਂ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛਣੇ ਜਿਹੜੇ ਬੱਚਿਆਂ ਦੇ ਪੱਧਰ ਦੇ ਅਨੁਸਾਰ ਹੋਣ, ਜਿਨ੍ਹਾਂ ਨੂੰ ਸੁਣ ਕੇ ਬੱਚੇ ਚੰਗੀ ਤਰ੍ਹਾਂ ਤਿਆਰ ਹੋ ਸਕਣ ਕਿ ਭਵਿੱਖ ਦੇ ਵਿੱਚ ਹੋਰ ਸਰ ਸਾਡੇ ਤੋਂ ਸਵਾਲ ਪੁੱਛਣ ਅਤੇ ਅਸੀਂ ਉਹਨਾਂ ਦੇ ਜਵਾਬ ਦਈਏ। ਅਤੇ ਜੇਕਰ ਕੋਈ ਚੀਜ਼ ਦੀ ਜ਼ਰੂਰਤ ਹੈ, ਕੋਈ ਸਮੱਗਰੀ ਦੀ ਜ਼ਰੂਰਤ ਹੈ ਤਾਂ ਘਰ ਤੋਂ ਪਹਿਲਾਂ ਤੋਂ ਲਿਜਾਈ ਜਾ ਸਕੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੋ ਬਣਦਾ ਉਹ ਅਸੀਂ ਪਾਠ ਯੋਜਨਾ ਦੇ ਬਾਰੇ ਜਿਹੜੀ ਮੁੱਖ ਜਾਣਕਾਰੀ ਹੈ ਅਸੀਂ ਉਹ ਪੇਪਰ ਦੇ ਵਿੱਚ ਸਾਡੇ ਕੋਲ ਕੁਝ ਵੀ ਆਉਂਦਾ ਤਾਂ ਅਸੀਂ ਉਸ ਬਾਰੇ ਲਿਖ ਸਕਦੇ ਹਾਂ ਕਿ ਪਾਠ ਯੋਜਨਾ ਕੀ ਹੁੰਦੀ ਹੈ। ਧੰਨਵਾਦ।